ਭਾਰਤ ਦੇ ਕੈਨੇਡਾ ਦੀਆਂ ਇੰਗਲਿਸ਼, ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਰਜਨੀ ਕੌਰ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਭਾਰਤੀ ਸਿੱਖਾਂ ਦੇ ਜੱਥੇ ਦੇ ਪਾਕਿਸਤਾਨ ਦੌਰੇ ਦੌਰਾਨ ISI ਆਪਣੀ ਮੌਜੂਦਗੀ ਮਹਿਸੂਸ ਕਰਵਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਨਾਂ ਦੇਸ਼ਾਂ ਦੇ ਵਿੱਚ ਪੁਲ ਦੇ ਰੂਪ ਵਿੱਚ ਕਰਤਾਰਪੁਰ ਗਲਿਆਰੇ ਦੀ ਤਾਰੀਫ ਕੀਤੀ। ਭਾਰਤ ਵਿੱਚ ਮੈਰੀਕੌਮ 6 ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਬਣ ਗਈ ਹਨ ਅਤੇ ਕਰਨਾਟਕ ਵਿੱਚ ਇੱਕ ਨਹਿਰ ਵਿੱਚ ਇੱਕ ਬੱਸ ਡਿੱਗਣ ਤੋਂ ਬਾਅਦ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡਾ ਵਿੱਚ ਹਾਊਸ ਨੇ ਕੈਨੇਡਾ ਪੋਸਟ ਸਟ੍ਰਾਈਕ ਨੂੰ ਖਤਮ ਕਰਨ ਲਈ ਕੰਮਕਾਜੀ ਪ੍ਰਸਤਾਵ ਦਿੱਤੇ ਹਨ ਅਤੇ ਫੋਰਡ ਸਰਕਾਰ ਨੇ ਫ੍ਰੈਂਚ ਫ੍ਰੈਂਕੋਫੋਨ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੋ ਕੈਨੇਡੀਅਨ ਕਮਿਊਨਿਟੀ ਦੀ ਡੀਟੇਲ ਨਿਊਜ਼ ਅਤੇ ਬਿਜ਼ਨਸ ਅਪਡੇਟਸ ਲਈ ਇੰਡੀਅਨ ਟਾਈਮਸ ਡੇਲੀ ਐਪ ਡਾਊਨਲੋਡ ਕਰੋ। ਇੰਡੀਅਨ ਟਾਈਮਸ ਰੈਡੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਸਮਾਰੋਹ ਵਿੱਚ ਰੈਫਰੈਂਡਮ 2020 ਕੈਂਪੇਨ ਨੂੰ ਦਿੱਤੇ ਗਏ ਇੱਕ ਵਿਆਪਕ ਪ੍ਰਚਾਰ ਨੇ ਸਾਫ਼ ਤੌਰ ਤੇ ISI ਦੀ ਛਾਪ ਦਿੱਤੀ ਹੈ। ਪਾਕਿਸਤਾਨ ਰੈਫਰੈਂਡਮ 2020 ਕੋਡ ਨੇਮਡ ਆਪਰੇਸ਼ਨ ਐਕਸਪ੍ਰੈਸ ਦਾ ਸਮਰਥਨ ਕਰਨ ਲਈ ਆਪਣੇ ਉਦੇਸ਼ ਦੇ ਹਿੱਸੇ ਦੇ ਰੂਪ ਵਿੱਚ ਅਲਗਾਵਾਦੀ ਏਜੰਡਾ ਦਾ ਪ੍ਰਚਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਰਤਾਰਪੁਰ ਗਲਿਆਰੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਲਈ ਪੁਲ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ। ਮੋਦੀ ਨੇ ਜ਼ੋਰ ਦਿੱਤਾ ਹੈ ਕਿ 1947 ਦੀ ਦੁਖਦ ਘਟਨਾਵਾਂ ਨੂੰ ਪਿੱਛੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਅਤੇ ਸੰਬੰਧਾਂ ਦਾ ਇੱਕ ਨਵਾਂ ਅਧਿਆਇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਖੁੱਲ੍ਹਾ ਜਾਏਗਾ। ਮੋਗਾ ਵਿੱਚ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ NRI ਨੇ ਆਪਣੀ 45 ਸਾਲਾ ਪਤਨੀ ਨੂੰ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਮਾਰ ਦਿੱਤਾ ਹੈ ਅਤੇ ਬਾਅਦ ਵਿੱਚ ਗੁਰਮੇਲ ਸਿੰਘ ਨੇ ਆਪ ਜ਼ਹਿਰ ਖਾ ਲਿਆ। ਘਟਨਾ ਦੇ ਵੇਲੇ ਉਹ ਆਪਣੀ ਪਤਨੀ ਦੇ ਪੇਕੇ ਵਿੱਚ ਸਨ। ਪੁਲਿਸ ਨੇ ਅੰਮ੍ਰਿਤਸਰ ਗ੍ਰੇਨੇਡ ਹਮਲੇ ਦੇ ਮੁੱਖ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨਿਰੰਕਾਰੀ ਭਵਨ ਵਿੱਚ ਹੋਈ ਘਟਨਾ ਦੇ ਇੱਕ ਹਫ਼ਤੇ ਬਾਅਦ ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ। ਵਿਸਫੋਟ ਵਿੱਚ 3 ਲੋਕਾਂ ਦੀ ਮੌਤ ਹੋਈ ਅਤੇ 16 ਘਾਇਲ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਕਰਤਾਰਪੁਰ ਗਲਿਆਰਾ ਬਾਬਾ ਨਾਨਕ ਜੀ ਦੇ 550ਵੇਂ ਜਨਮ ਦਿਨ ਤੇ 2019 ਨੂੰ ਖੁੱਲ੍ਹਿਆ ਰਹੇਗਾ। ਕਰਤਾਰਪੁਰ ਪਾਕਿਸਤਾਨ ਭਾਰਤ ਸੀਮਾ ਤੋਂ ਸਿਰਫ 4 ਕਿਮੀ ਦੂਰ ਨਰੋਵਾਲ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਬਾਬਾ ਨਾਨਕ ਜੀ ਨੇ ਆਪਣੇ ਅਖੀਰਲੇ 18 ਸਾਲ ਬਿਤਾਏ ਸਨ। ਸਥਾਨੀ ਬੰਦੇ ਦੇ 6 ਸੰਦਿਗਧ ਲੋਕਾਂ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਪਠਾਨਕੋਟ ਦੇ ਸ਼ਾਦੀਪੁਰ ਪਿੰਡ ਵਿੱਚ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇੱਕ ਕਿਸਾਨ ਨੇ 6 ਲੋਕਾਂ ਨੂੰ ਬੈਕਪੈਕਸ ਲੈ ਜਾਂਦੇ ਵੇਖਿਆ ਸੀ ਜਿਸਦੇ ਬਾਅਦ ਤਲਾਸ਼ ਸ਼ੁਰੂ ਕੀਤੀ। ਫੂਡ ਐਂਡ ਸਿਵਲ ਸਪਲਾਈਜ਼ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਨੇ 5.6 ਕਰੋੜ ਦੇ ਝੋਨੇ ਦੇ 86,000 ਬੈਗਸ ਦੀ ਫਰਜ਼ੀ ਖਰੀਦ ਦਾ ਪਤਾ ਚਲਾਇਆ ਹੈ। ਆਸ਼ੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹੋਰ ਰਾਜਿਆਂ ਤੋਂ ਝੋਨੇ ਦੇ ਅੰਦੋਲਨ ਤੋਂ ਬਾਅਦ ਧੋਖਾਧੜੀ ਸਾਹਮਣੇ ਆਈ। ਰਾਜ ਕਰਤਾਰਪੁਰ ਗਲਿਆਰੇ ਦੀ ਸਥਾਪਨਾ ਵਿੱਚ ਯੋਗਦਾਨ ਦੇਣ ਨੂੰ ਤਿਆਰ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਨੂੰ ਮਾਰਕ ਕਰਨ ਦੇ ਲਈ ਸਾਲ ਭਰ ਦੇ ਸਮਾਰੋਹ ਦੇ ਸ਼ੁਭਾਰੰਭ ਦੇ ਦੌਰਾਨ ਘੋਸ਼ਣਾ ਕੀਤੀ। ਕ੍ਰਿਸ਼ੀ ਵਿਭਾਗ ਨੇ ਕਿਸਾਨਾਂ ਨੂੰ ਹਾਈਟੈਕ ਮਸ਼ੀਨਾਂ ਦੀ ਸਹਾਇਤਾ ਤੋਂ ਜੜੀ ਬੂਟੀਆਂ ਨੂੰ ਸੁੱਟਣ ਦੇ ਉਚਿਤ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕਰਨ ਲਈ ਰਾਜ ਵਿਆਪੀ ਅਭਿਆਨ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿੱਚ ਵਧੀਆ ਤਰੀਕੇ ਨਾਲ ਜੰਗਲੀ ਬੂਟੀ ਦੇ ਕੰਟਰੋਲ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਿਆ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਸਿੱਖ ਧਰਮ ਬਾਰੇ ਆਪਣੀ ਕਿਤਾਬ CM ਅਮਰਿੰਦਰ ਸਿੰਘ, ਸਾਬਕਾ PM ਮਨਮੋਹਨ ਸਿੰਘ ਅਤੇ ਗਵਰਨਰ VP ਵਡਨੋਰ ਨੂੰ ਪੇਸ਼ ਕੀਤੀ। ਕਿਤਾਬ ਦਾ ਟਾਈਟਲ ਵੀ ਦ ਸਿੱਖ ਅਰਾਊਂਡ ਦਾ ਵਰਲਡ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। I was living my dream and had a happy life. One day, everything changed. I was overwhelmed with chronic pain and depression, and I was struggling to get my disability benefits. All I wanted was the assurance of my insurance company that I would get paid, but they didn't. We decided to approach a trusted law firm in the community, thanks to Kotech Law. Not only did I get my long-term disability settlement in no time, I got my confidence back to carry on with life too. We are your trusted disability lawyers at Kotech Law. We will fight to ensure that you get the benefits you deserve. ਇੰਡੀਅਨ ਟਾਈਮਸ ਰੇਡੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। MC ਮੈਰੀਕੌਮ ਨੇ 48 kg ਕੈਟੇਗਰੀ ਵਿੱਚ ਯੂਕਰੇਨ ਦੀ ਹੈਨਾ ਖੋਟਾ ਨੂੰ ਸਰਵਸਮਿਤੀ 5-0 ਦੇ ਨਤੀਜੇ ਦੇ ਨਾਲ ਆਪਣਾ 6ਵਾਂ ਗੋਲਡ ਮੈਡਲ ਜਿੱਤ ਕੇ ਵਿਮੈਨਸ ਵਰਲਡ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਮੁੱਕੇਬਾਜ਼ੀ ਬਣ ਗਈ ਹਨ। ਹੁਣ ਉਹਦੇ ਕੋਲ ਟੂਰਨਾਮੈਂਟ ਵਿੱਚ 6 ਗੋਲਡ, 1 ਸਿਲਵਰ ਹੈ। ਉਹਨਾਂ ਨੇ ਆਪਣੀ ਉਪਲਬਧੀ ਭਾਰਤ ਨੂੰ ਸਮਰਪਿਤ ਕੀਤੀ।
ਦਕਸ਼ਿਨ ਕਰਨਾਟਕ ਵਿੱਚ ਇੱਕ ਨਹਿਰ ਵਿੱਚ ਡਿੱਗਣ ਤੋਂ ਬਾਅਦ 5 ਬੱਚੇ ਸਮੇਤ ਘੱਟ ਤੋਂ ਘੱਟ 30 ਲੋਕੀ ਮਾਰੇ ਗਏ ਅਤੇ 4 ਬਚਾਏ ਗਏ। ਨਿੱਜੀ ਬੱਸ ਵਿੱਚ ਲਗਭਗ 35 ਲੋਕ ਯਾਤਰਾ ਕਰ ਰਹੇ ਸੀ। ਡਰਾਈਵਰ ਦੇ ਨਿਯੰਤਰਣ ਖੋਣ ਤੋਂ ਬਾਅਦ ਬੱਸ ਨਹਿਰ ਵਿੱਚ ਗਿਰ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਤ ਦੇ ਸ਼ੋਕ ਪ੍ਰਗਟ ਕੀਤਾ। 13.50 ਲੱਖ ਮਜ਼ਬੂਤ ਸੈਨਾ ਦੇ ਪੁਨਰਗਠਨ ਦੇ ਉਭਰਣ ਵਾਲੇ ਬਿਹਤਰ ਵਿਵਰਣ ਤੋਂ ਸੰਕੇਤ ਮਿਲਦਾ ਹੈ ਕਿ ਬਲ ਦੀ ਤਾਕਤ 1 ਲੱਖ ਤੋਂ ਘੱਟ ਹੋ ਸਕਦੀ ਹੈ। ਡਾਊਨ ਸਾਈਜ਼ਿੰਗ ਵਿੱਚ ਅਧਿਕਾਰੀਆਂ ਦੀ ਵੱਧ ਸੰਖਿਆ ਨੂੰ ਲਗਭਗ 4,500 ਤੱਕ ਘਟਨਾ ਸ਼ਾਮਿਲ ਹੈ। ਕਈ ਸਵਚਾਲਿਤ ਰੱਖਿਆ ਆਪਰੇਸ਼ਨ ਦੇ ਕਾਰਨ ਮੋਸਟ ਮਾਡਰਨ ਆਰਮੀ ਦੇ ਕਾਰਨ ਸਹੀ ਆਕਾਰ ਦੇ ਲਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਤੇ ਹਮਲਾ ਕੀਤਾ ਹੈ ਕਿ ਇਸ ਦੇ ਨੇਤਾ ਰਾਜ ਬੱਬਰ ਨੇ ਉਹਨਾਂ ਦੀ ਮਾਂ ਦੀ ਉਮਰ ਦੇ ਨਾਲ ਰੁਪਿਆ ਦੀ ਡਿੱਗਣ ਦੀ ਤੁਲਨਾ ਦੇ ਕੁਝ ਦਿਨ ਬਾਅਦ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਗੱਲ ਕਰਨ ਲਈ ਕੋਈ ਮੁੱਦਾ ਨਹੀਂ ਸੀ, ਉਹਨਾਂ ਨੇ ਕਿਸੇ ਹੋਰ ਦੀ ਮਾਂ ਦਾ ਦੁਰਉਪਯੋਗ ਕਰਨ ਦਾ ਸਹਾਰਾ ਲਿੱਤਾ। ਉੱਤਰਾਖੰਡ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਾਅਦ ਦੇਹਰਾਦੂਨ ਹਵਾਈ ਅੱਡੇ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਵਾਜਪਾਈ ਤੋਂ ਬਾਅਦ ਜੌਲੀ ਗ੍ਰਾਂਟ ਹਵਾਈ ਅੱਡੇ ਦਾ ਨਾਂ ਬਦਲਣ ਦਾ ਪ੍ਰਸਤਾਵ ਰਾਜ ਮੰਤਰੀ ਮੰਡਲ ਨੇ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਦੀ ਅਧਿਕਸ਼ਤਾ ਵਿੱਚ ਹੋਈ ਬੈਠਕ ਵਿੱਚ ਮਨਜ਼ੂਰੀ ਦਿੱਤੀ ਸੀ। ਪੱਤਰਕਾਰ ਕਾਰਯਕਰਤਾ ਗੌਰੀ ਲੰਕੇਸ਼ ਦੀ ਹੱਤਿਆ ਦੀ ਜਾਂਚ ਕਰਨ ਵਾਲੇ ਐਸਆਈਟੀ ਨੇ ਅਦਾਲਤ ਦੇ ਸਾਹਮਣੇ ਦਾਇਰ ਅਤਿਰਿਕਤ ਚਾਰਜਸ਼ੀਟ ਵਿੱਚ ਹਿੰਦੂ ਦਾਇ ਵਿੰਗ ਸੰਗਠਨ ਸਨਾਤਨ ਸੰਸਥਾ ਦਾ ਨਾਂ ਦਿੱਤਾ ਹੈ। ਚਾਰਜਸ਼ੀਟ ਨੇ ਕਿਹਾ ਹੈ ਕਿ ਸਨਾਤਨ ਸੰਸਥਾਨ ਦੇ ਅੰਦਰ ਇੱਕ ਨੈਟਵਰਕ ਨੇ ਵਿਅਕਤੀਗਤ ਕਾਰਨ ਤੋਂ ਲੰਕੇਸ਼ ਨੂੰ ਨਿਸ਼ਾਨਾ ਬਣਾਇਆ ਅਤੇ ਸਾਜਿਸ਼ ਲਗਭਗ 5 ਸਾਲਾਂ ਤੋਂ ਚੱਲ ਰਹੀ ਸੀ। ਸਵਾਸਥਯ ਮੰਤਰੀ ਸਤਿੰਦਰ ਜੈਨ ਨੇ ਆਸਟ੍ਰੇਲੀਆ ਯਾਤਰਾ ਕਰਨ ਦੀ ਇਜਾਜ਼ਤ ਨਾ ਦੇਣ ਤੋਂ ਬਾਅਦ ਦਿੱਲੀ ਦੇ ਸੱਤਾਰੂੜ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਆਲੋਚਨਾ ਕੀਤੀ ਹੈ। ਜੈਨ ਨੇ ਵਿਕਟੋਰੀਅਨ ਸਰਕਾਰ ਦੇ ਨਾਲ ਮੋਹੱਲਾ ਕਲੀਨਿਕ ਅਤੇ ਦਿੱਲੀ ਦੀ ਸਵਾਸਥਯ ਕ੍ਰਾਂਤੀ ਦੇ ਇੱਕ ਵਾਰਤਾ ਦੇ ਲਈ ਮੈਲਬਰਨ ਵਿਸ਼ਵ ਵਿਦਿਆਲੇ ਅਤੇ ਸਿਡਨੀ ਵਿੱਚ ਜਾਰਜ ਇੰਸਟੀਚਿਊਟ ਦੇ ਨਿਮੰਤਰਣ ਦੇ ਆਸਟ੍ਰੇਲੀਆ ਯਾਤਰਾ ਕਰਨੀ ਸੀ। ਕੈਸ਼ ਬੁਕੇ ਪ੍ਰਾਈਵੇਟ ਕੈਰੀਅਰ ਜੈੱਟ ਏਅਰਵੇਜ਼ ਨੇ ਜੈੱਟ ਪ੍ਰਿਵਿਲੇਜ ਪਲੈਟੀਨਮ ਅਤੇ ਇਕਨੋਮੀ ਕਲਾਸ ਵਿੱਚ ਟਰੈਵਲ ਕਰ ਰਹੇ ਗੋਲਡ ਮੈਂਬਰਸ ਲਈ ਆਪਣੀ ਕੰਪਲੀਮੈਂਟਰੀ ਲਾਊਂਜ ਸਰਵਿਸਿਜ਼ ਨੂੰ ਅਸਥਾਈ ਰੂਪ ਤੋਂ ਬੰਦ ਕਰ ਦਿੱਤਾ ਹੈ। ਜੈੱਟ ਫਿਊਲ ਦੀਆਂ ਕੀਮਤਾਂ ਦੇ ਵਾਧੇ ਅਤੇ ਰੁਪਏ ਦੇ ਲਗਾਤਾਰ ਡਿੱਗਣ ਦੇ ਚੱਲਦੇ ਇਹਨਾਂ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ। ਚੁੰਬਕੀਆ ਪੱਟੀ ਕਾਰਡ ਦੇ ਨਾਲ ਪੁਰਾਣੀ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਡੈਬਿਟ ਜਾਂ ਕ੍ਰੈਡਿਟ ਕਾਰਡ 1 ਜਨਵਰੀ ਤੋਂ ਮਾਨਯ ਨਹੀਂ ਹੋਣਗੇ। ਬੈਂਕ ਹੁਣ EVM ਚਿੱਪ ਅਤੇ ਪਿੰਨ ਆਧਾਰਿਤ ਕਾਰਡ ਵਰਗੀ ਉੱਨਤ ਸੁਵਿਧਾਵਾਂ ਦੇ ਨਾਲ ATM ਕਾਰਡ ਜਾਰੀ ਕਰ ਰਿਹਾ ਹੈ। ਅਤਿਰਿਕਤ ਸੁਰੱਖਿਆ ਸੁਵਿਧਾ ਧੋਖਾਧੜੀ ਨੂੰ ਮੁਸ਼ਕਿਲ ਬਣਾਉਂਦੀ ਹੈ। ਅਭਿਨੇਤਾ ਸ਼ੇਖਰ ਸੁਮਨ ਨੇ ਭਾਰਤੀ ਮੂਵੀ ਅਵਾਰਡਸ ਜਾਂ ਬਾਲੀਵੁੱਡ ਅਵਾਰਡਸ ਬਾਰੇ ਘ੍ਰਿਣਾ ਭਰਾ ਖੁਲਾਸਾ ਕੀਤਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਵਾਰਡਸ ਨੂੰ ਖਰੀਦਣਾ ਵੇਚਣਾ ਇੰਡਸਟਰੀ ਵਿੱਚ ਆਮ ਗੱਲ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। Realize your ambition of becoming a doctor at All Saints University School of Medicine. With small class sizes, affordable tuition and worldwide clinical clerkships, All Saints University brings a world of opportunity right to your feet. University and high school graduates are eligible for admission. To learn more, call us at 416-743-9222 or visit us at www.allsaintsuniversity.org. IndianTimesDaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। MPs ਨੇ ਹਾਊਸ ਆਫ ਕਾਮਨ ਵਿੱਚ ਬਹਿਸ ਦੀ ਦੇਰ ਰਾਤ ਤੋਂ ਬਾਅਦ ਅਤੇ ਇੱਕ ਨਿਊ ਡੈਮੋਕ੍ਰੇਟ ਦੁਆਰਾ ਸਟੇਜ ਤੋਂ ਵਾਕਆਊਟ ਕਰਨ ਤੋਂ ਬਾਅਦ ਕੈਨੇਡਾ ਪੋਸਟ ਸਟ੍ਰਾਈਕ ਨੂੰ ਖਤਮ ਕਰਨ ਲਈ ਕੰਮਕਾਜੀ ਕਾਨੂੰਨ ਪਾਰਿਤ ਕੀਤਾ ਹੈ। ਬਿੱਲ C-89 ਪੋਸਟਲ ਸਰਵਿਸ ਰਿਜ਼ਮਪਸ਼ਨ ਅਤੇ ਕੰਟੀਨਿਊਸ਼ਨ ਐਕਟ 31-66 ਤੋਂ 43 ਦੇ ਮਤਾਂ ਦੁਆਰਾ ਪਾਸ ਕੀਤਾ ਗਿਆ। ਬੈਕਲੈਸ਼ ਦਾ ਸਾਹਮਣਾ ਕਰਨ ਤੋਂ ਬਾਅਦ ਪ੍ਰੈਮੀਅਰ ਡਗ ਫੋਰਡ ਦੀ ਸਰਕਾਰ ਓਨਟੇਰੀਓ ਵਿੱਚ ਫ੍ਰੈਂਚ ਲੈਂਗੁਏਜ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੀ, ਲੇਕਿਨ ਫਿਰ ਵੀ ਇੱਕ ਪਲੈਨ ਫ੍ਰੈਂਚ ਯੂਨੀਵਰਸਿਟੀ ਲਈ ਫੰਡਿੰਗ ਨੂੰ ਕੱਟ ਕਰੇਗੀ। ਇਕਨੋਮਿਕ ਫੋਲ ਵਿੱਚ ਸਰਕਾਰ ਨੇ ਫ੍ਰੈਂਚ ਲੈਂਗੁਏਜ ਸਰਵਿਸਿਜ਼ ਕਮਿਸ਼ਨਰ ਦੀ ਪੋਜੀਸ਼ਨ ਨੂੰ ਖਤਮ ਕਰਨ ਫਿਰ ਪਲੈਨਸ ਅਨਾਊਂਸ ਕੀਤੇ ਹਨ। ਲਿਬਰਲ ਸਰਕਾਰ ਨੇ ਆਊਟ ਐਡਵਾਈਸਰਸ ਦੇ $500,000 ਖਰਚ ਕੀਤੇ, ਜੋ ਕਿ ਕਈ ਨਵੀਂ ਏਜੰਸੀਜ਼ ਲਈ ਲੋਗੋ, ਨੇਮ ਅਤੇ ਬ੍ਰਾਂਡਿੰਗ ਦੇ ਨਾਲ ਆਉਣ ਦੇ ਲਈ ਡਿਵੈਲਪਿੰਗ ਦੇਸ਼ਾਂ ਵਿੱਚ ਪ੍ਰਗਤੀ ਦਾ ਵਾਅਦਾ ਕਰਦਾ ਹੈ। 2017 ਦੇ ਬਜਟ ਵਿੱਚ ਗਰੀਬੀ ਨੂੰ ਕੱਟ ਕਰਨ ਦੇ ਲਈ ਇੱਕ ਇੰਸਟੀਟਿਊਸ਼ਨ ਦੇ ਡਿਵੈਲਪਮੈਂਟ ਵੱਲ $300 ਮਿਲੀਅਨ ਦੀ ਘੋਸ਼ਣਾ ਕੀਤੀ। ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮੈਂਟਰੀ ਬਜਟ ਆਫਿਸਰ ਅਤੇ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਇੱਕ ਅਰੇਂਜਮੈਂਟ ਦੇ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਇਸ ਕਦਮ ਤੋਂ ਮਿਨਿਸਟਰੀ ਆਫੀਸ਼ੀਅਲਸ ਨੇ 2019 ਦੇ ਫੈਡਰਲ ਚੁਣਾਵ ਦੇ ਦੌਰਾਨ ਚੁਣਾਵ ਵਾਅਦਿਆਂ ਦੀ ਲਾਗਤ ਨਿਰਧਾਰਿਤ ਕਰਨ ਲਈ ਪਿਚਿੰਗ ਕੀਤੀ ਜਾਏਗੀ। ਪ੍ਰਾਈਮ ਮਿਨਿਸਟਰ ਦੇ ਆਫਿਸ ਨੇ ਕਿਹਾ ਹੈ ਕਿ ਬ੍ਰੈਂਪਟਨਿਸਟ MP ਰਾਜ ਗਰੇਵਾਲ ਗੈਮਲਿੰਗ ਪ੍ਰੋਬਲਮਸ ਨੂੰ ਸਮਝਣ ਦੇ ਲਈ ਫੈਡਰਲ ਪੋਲੀਟਿਕਸ ਤੋਂ ਦੂਰ ਹੋ ਰਹੇ ਹਨ। PMO ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਪੀਲ ਰੀਜਨਲ ਪੁਲਿਸ ਵਿੱਚ ਗਰੇਵਾਲ ਦੀ ਸਿਚੁਏਸ਼ਨ ਕਿਸੇ ਵੀ ਜਾਂਚ ਤੋਂ ਅਣਜਾਣ। ਫੈਡਰਲ NDP ਲੀਡਰ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਸੀਟ ਦੇ ਲਈ ਆਪਣੇ ਹਾਈ ਸਟੈਕਸ ਪਲਾਨ ਨੂੰ ਨਹੀਂ ਛੱਡਣਗੇ। ਹਾਲਾਂਕਿ ਕ੍ਰਾਈਮ ਓਪਰਚੁਨਿਟੀ ਖੁਦ ਨੂੰ ਉਹਨਾਂ ਦੇ ਹੋਮ ਟਰਫ ਬ੍ਰੈਂਪਟਨ ਤੇ ਪੇਸ਼ ਕਰਦਾ ਹੈ। ਸਿੰਘ ਨੇ ਕਿਹਾ ਹੈ ਕਿ ਬਰਨਬੀ ਸਾਊਥ ਵਿੱਚ ਲੜਨ ਦਾ ਉਹਨਾਂ ਦਾ ਫੈਸਲਾ ਸਾਫ਼।
ਸੈਸਕੈਚਵਾਨ ਸਕਾਟਮੋਰ ਦੀ ਪ੍ਰੀਮੀਅਰ 23 ਨਵੰਬਰ ਤੋਂ 1 ਦਸੰਬਰ ਤੱਕ ਦੀ ਭਾਰਤੀ ਯਾਤਰਾ ਦੇ ਹਨ। ਯਾਤਰਾ ਦੇ ਦੌਰਾਨ ਉਹ ਦਿੱਲੀ ਤੇ ਮੁੰਬਈ ਜਾ ਰਹੇ ਹਨ ਅਤੇ ਕੀ ਪੋਲੀਟੀਕਲ ਬਿਜ਼ਨਸ ਲੀਡਰਸ, ਸੀਨੀਅਰ ਆਫੀਸ਼ੀਅਲਸ ਅਤੇ ਸਟੂਡੈਂਟਸ ਨਾਲ ਬੈਠਕ ਕਰਨਗੇ। ਮਿਸਿਸਾਗਾ ਵਿੱਚ ਇੱਕ ਭਾਰਤੀ ਮੂਲ ਦੇ ਥੁਲੀ ਸਟੋਰ ਦੇ 3 ਕਰਮਚਾਰੀ ਨੇ ਮਾਸਕ ਪਾਏ ਲੁਟੇਰਿਆਂ ਤੋਂ ਸੇਬਰ ਸਟਾਈਲ ਤਲਵਾਰਾਂ ਨਾਲ ਆਪਣੇ ਸਟੋਰ ਨੂੰ ਲੁੱਟਣ ਤੋਂ ਬਚਾਇਆ। ਇਹ ਘਟਨਾ ਅਸ਼ੋਕ ਜੁਵੈਲਰਸ ਦੇ ਦਿਨ ਦਹਾੜੇ ਹੋਈ। ਮੈਕਸੀਕਨ ਪ੍ਰੈਸੀਡੈਂਟ ਐਂਡਰਿਕ ਪੇਨਾ ਨੀਟੋ ਅਤੇ ਪੀਐਮ ਜਸਟਿਨ ਟਰੂਡੋ ਨੇ 3 ਨਵੰਬਰ ਨੂੰ ਹੋਣ ਵਾਲੇ ਨਾਰਥ ਅਮਰੀਕਨ ਟ੍ਰੇਡ ਡੀਲ ਦੇ G20 ਸ਼ਿਖਰ ਸੰਮੇਲਨ ਵਿੱਚ ਸਿੰਗਿੰਗ ਬਾਰੇ ਗੱਲਬਾਤ ਕੀਤੀ। 3 ਨਵੰਬਰ ਨੂੰ ਹੋਣ ਵਾਲੇ ਬਿਊਨੋਸ ਏਅਰਸ ਦੇ ਸ਼ਿਖਰ ਸੰਮੇਲਨ ਵਿੱਚ ਪੇਨਾ ਨੀਟੋ ਦੇ ਸ਼ਾਮਿਲ ਹੋਣ ਦੀ ਉਮੀਦ ਹੈ, ਜੋ ਕਿ ਆਫਿਸ ਵਿੱਚ ਉਹਨਾਂ ਦਾ ਆਖਰੀਲਾ ਦਿਨ ਹੋਵੇਗਾ। ਰੋਮੇਨ ਲੈਟਰਸ ਤੋਂ ਜੁੜੇ ਕਰੰਟ ਈ ਕੋਲੀ ਆਊਟਬ੍ਰੇਕ ਵਿੱਚ 3 ਹੋਰ ਕੈਨੇਡੀਅਨ ਕੇਸਿਸ ਕਨਫਰਮ ਹੋਏ ਹਨ, ਜਿਹਦੇ ਕਰਕੇ ਕੈਨੇਡਾ ਵਿੱਚ ਬਿਮਾਰ ਪੈਣ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਆਊਟਬ੍ਰੇਕ ਨੇ ਅਮਰੀਕਾ ਵਿੱਚ ਵੀ 30 ਤੋਂ ਜ਼ਿਆਦਾ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਜ਼ ਰੇਡੀ ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਜ਼ ਰੇਡੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ। A team of highly professional accountants, we deliver quality and immeasurable assistance to our clients. For Canada audit assistance and your business loans, the only name you can trust, a professional accountant, always makes a difference. For more information, call us at 416-741-0801 or visit us at scansaccountants.com. Hosting Deepika Padukone, Alia Bhatt, Ranveer Singh, Akshay Kumar, Amir Khan and Saif Ali Khan and Sara Ali Khan, Karan Johar is all set to take brothers-in-arms Ishan Khattar and Shahid Kapoor. Karan Johar on Thursday shared a picture of himself with the duo and captioned, "Brothers-in-arms." Soon after that, Ishan shared picture with his older half-brother and it seems to be from the same shoot. He wrote, "Your wingman for life." While Shahid shared the same picture too where he wrote, "Baby boy, I always got your back." For the next episode, Karan will host another sibling duo, Janhvi Kapoor and Arjun Kapoor. Giving out details of the episode on Instagram, he said, "The Coffee with Karan sibling episode was so lovely to chat with this hysterical brother-sister duo at Arjun Kapoor and Janhvi Kapoor." Actress Kareena Kapoor Khan recently made her debut as radio jockey and has launched What Women Want with Kareena Kapoor Khan on Ishq 104.8 FM on Tuesday. On reacting to his wife's debut on a show titled What Women Want, Saif Ali Khan said that Kareena needs many things from him and time is one main thing. During the media interaction at the success party of his film Bazaar, Saif Ali Khan was asked about Kareena's debut as RJ, to which he answered, "I think she's excited, she's enjoying it, you know. They come home and they discuss these issues and the script, and I saw a little bit of it yesterday and it looks like she's having lots of fun." Further, when he was asked about what Kareena wants, he replied, "Many things, I think, but nice emotional things. Time, I think, is the main thing." Kareena is entering new space with a new radio show titled What Women Want, while Saif is busy shooting for the second season of Sacred Games, which will be aired on Netflix. Rashi Productions will launch 4 new faces in Bollywood with its next production, Hum Char Friends Bhi Family Hain. In an anticipatory Twitter post, a poster was revealed where 4 characters were seen dabbing and hiding their face. Later, a trail of posters with character faces was introduced on Wednesday. Helmed by Abhishek Dixit, the film will see newcomers Preet Kamani, Anshuman Malhotra, Simran Sharma and Tushar Pandey in the lead roles. Slated for an early 2019 release, the film is the Rashi Banner's 58th production. The movie explores the idea that in today's day and time, where joint families are rarely seen, friends become family too. Producer Suraj Bachadia said in a statement, "Ever since Rashi opened its door, it has been home to many newcomers. We have taken pride in being the first platform many actors, directors, music composers, singers and technicians. We take pride in introducing 4 more new faces in main roles to silver screen." Actress Kubra Saif, who rose to fame with her character as Cuckoo in Netflix's first Indian original series Sacred Games, tried hard to change his tag from anchor to actor. Kubra interacted to the media during a fashion event where she anchored Ace Designer's preview of the collections. While talking about the shooting of Sacred Games Season 2, she said,
शूटिंग शुरू हो चुकी है. तो पहले तो वो लिखा जा रहा था सेकंड सीज़न, अब उसे लिख दिया गया है और प्रोडक्शन इज़ ऑन द फ्लोर और डायरेक्शन चालू है. एंड दे गोना बी ट्रैवलिंग टू डिफरेंट प्लेसेस, कहानी आगे बढ़ेगी और जो सस्पेंस है वो फाइनली रिवील होगा एट द एंड ऑफ सेकंड सीजन. द 25-year-old एक्ट्रेस हैज मेड कैमियो एपीयरेंसेस इन वेरियस मूवीज लाइक सुल्तान, रेडी एंड सिटी ऑफ लाइफ, बट इट वाज हर रोल ऑफ अ ट्रांसजेंडर नेम्ड कुकू इन सेक्रेड गेम्स व्हिच हैज गार्नर्ड अ ह्यूज फैन फॉलोइंग. ऑन फर्दर इंटरेक्शन कुब्रा सेड, आई थिंक मेरे लिए एक्टिंग बहुत इम्पॉर्टेंट है. मैं हमेशा कहती थी ये मैं जो टैग है ना एंकर और फिर एक्टर, उसे कैसे चेंज करूँ. मैं हमेशा उसके लिए स्ट्राइव करती थी और अब जब ये हुआ है मुझे वो कहते ना वो चस्का, हाँ तो वो लग गया है. तो अब मुझे एक्टिंग और करनी है. टॉकिंग अबाउट अपकमिंग प्रोजेक्ट्स, शी सेड, आई एम वर्किंग ऑन टू फिल्म्स, आई एम वर्किंग ऑन अनदर वेब सीरीज, आई एम वर्किंग ऑन अ ट्रैवल शो. So there's a lot going on and it's just super exciting. Kubra will next be seen in a Voot web series titled Law and Honor and in Zoya Akhtar's upcoming directorial Gully Boy. Actors Kareena Kapoor Khan, Abhishek Bachchan, Madhuri Dixit Nene, Anil Kapoor and Jackie Shroff will lend their voices to characters of Netflix Mowgli, Legend of the Jungle for its Hindi dubbed version. Netflix announced the names of the Indian actors involved with the project in a statement on Tuesday. Abhishek will lend his voice for Bagheera, Kareena will be infusing life to the soft and hypnotic voice of the python, Ka, Anil will be giving voice to the free-spirited bear, Ballu, Madhuri to Nisha and Jackie to Sher Khan. The actors took to Twitter and expressed their excitement. Abhishek wrote, "So happy to be a part of a story I have loved all my life. He is ready to do whatever it takes to keep Mowgli alive. Wait for Bagheera in Mowgli, Legend of the Jungle." Madhuri tweeted, "Ferocious when provoked, especially when it comes to her man cub. Nisha brings the motherly instinct alive in Mowgli, Legend of the Jungle. So excited to be the voice behind Nisha." Anil Kapoor wrote, "Bringing the bear necessities to Mowgli, Legend of the Jungle as Ballu, the tenacious mentor." Jackie Shroff wrote, "Was an absolute privilege and total blast to dub for this character. I am Sher Khan, Mowgli, Legend of the Jungle." Directed by Circus, Mowgli, Legend of the Jungle will premiere globally on Netflix on 7 December.